मुफ्त राशन के नाते लुट 24,000 मृतकों के नाते जारी होंदी रही कणक फर्जी कार्ड भी बने। पंजाब च मुफ्त राशन के नाते लुट का मामला सामने आया है। सूबे च 24,000 तो वध मृतकों के नाते राशन जारी किया जाता रहा। इस तो इलावा कुछ प्रभावशाली लोगों ने मुफ्त राशन लैण लई जुगाड़ राही अपने राशन कार्ड भी बनवा ले। जांच तो बाद हुण उन्हां दे राशन कार्ड रद्द कर दिते गए हन। ये वो लोग सन जिन्हां दे शहरां विच अपने घर सन अते सालाना आमदन निर्धारित आमदन तो कई गुणा वध सी। दस्सिया जा रहा है कि सरकार ने सारे जिला खुराक अते सप्लाई कंट्रोलर नूं जांच दे हुकम दिते सन। जांच तो बाद यह धांधली का खुलासा होया है। जानकारी अनुसार विभाग ने हुण तक 40,68,887 की जांच की है, जिन्हां विचों 3,37,562 अयोग पाए गए हैं ਅਤੇ 1,79,837 ਰਾਸ਼ਨ ਕਾਰਡ ਰੱਦ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਦੌਰਾਨ ਸਰਕਾਰ ਨੇ ਮੁਫ਼ਤ ਰਾਸ਼ਨ ਦੇਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਜਿਨ੍ਹਾਂ ਲੋਕਾਂ ਕੋਲ ਰਾਸ਼ਨ ਕਾਰਡ ਬਣਨ ਦੀ ਯੋਗਤਾ ਨਹੀਂ ਸੀ ਉਹਨਾਂ ਨੇ ਵੀ ਜੁਗਾੜ ਕਰਕੇ ਰਾਸ਼ਨ ਕਾਰਡ ਬਣਵਾ ਲਿਆ। ਜਾਂਚ ਤੋਂ ਬਾਅਦ ਹੁਣ ਵਿਭਾਗ ਨੇ 24,000 ਮ੍ਰਿਤਕਾਂ ਦੇ ਨਾਂ ਵੀ ਸੂਚੀ ਵਿੱਚੋਂ ਹਟਾ ਦਿੱਤੇ ਹਨ। ਵਿਭਾਗੀ ਜਾਣਕਾਰੀ ਅਨੁਸਾਰ ਰਾਸ਼ਨ ਕਾਰਡਾਂ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਸਰਕਾਰ ਵੱਲੋਂ ਕਰੀਬ 96% ਰਾਸ਼ਨ ਕਾਰਡਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਬਾਕੀ 4% ਲੋਕਾਂ ਦੀ ਰਾਸ਼ਨ ਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪਤਾ ਲੱਗਾ ਹੈ ਕਿ ਕੁਝ ਲੋਕਾਂ ਦੇ ਸ਼ਹਿਰਾਂ 'ਚ 200 ਤੋਂ 1,000 ਵਰਗ ਫੁੱਟ ਦੇ ਆਪਣੇ ਘਰ ਹਨ, ਜਿਨ੍ਹਾਂ ਨੂੰ ਮੁਫ਼ਤ ਫੰਡ ਵੀ ਮਿਲ ਰਿਹਾ ਸੀ। ਅਜਿਹੇ ਲੋਕਾਂ ਦੇ ਨਾਂ ਵੀ ਸੂਚੀ ਤੋਂ ਹਟਾ ਦਿੱਤੇ ਗਏ ਹਨ। ਸੋ ਦੋਸਤੋ, ਇਹ ਇੱਕ ਜਾਣਕਾਰੀ ਨਿਕਲ ਕੇ ਆਈ ਸੀ ਰਾਸ਼ਨ ਕਾਰਡ ਨੂੰ ਲੈ ਕੇ। ਇਸ ਤਰ੍ਹਾਂ ਦੇ ਹੋਰ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਸਾਡੇ ਚੈਨਲ ਨਾਲ ਜੁੜੇ ਰਹਿਣਾ, ਸਾਡੇ ਚੈਨਲ ਪੰਜਾਬੀ ਟਾਕਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਧੰਨਵਾਦ ਜੀ।